ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਪੰਜਾਬ ਅੰਦਰ ਨਸ਼ਿਆਂ ਦੇ ਨਾਲ ਹੋ ਰਹੀਆਂ ਮੌਤਾਂ ਦੇ ਸੰਬੰਧ ਵਿੱਚ ਮਨਾਏ ਜਾ ਰਹੇ ਕਾਲੇ ਹਫ਼ਤੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੱਜ ਭਗਤਾ ਭਾਈ ਦੇ ਪ੍ਰਸਿੱਧ ਭੂਤਾਂ ਵਾਲਾ ਖੂਹ ਤੋਂ ਇੱਕ ਰੋਸ ਮਾਰਚ ਭਗਤਾ ਭਾਈਕਾ ਤੋਂ ਬਰਗਾੜੀ ਤੱਕ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਭਾਈ ਬਹਿਲੋ ਸਮਾਜ ਸੇਵਾ ਸੁਸਾਇਟੀ ਭਗਤਾ ਭਾਈਕਾ ਵੱਲੋਂ ਸਤਿਕਾਰ ਕਮੇਟੀ ਬੁਰਜ ਥਰੋੜ, ਸਤਿਕਾਰ ਕਮੇਟੀ ਸਰਈਏ ਵਾਲਾ, ਗੁਰਦੁਆਰਾ ਮਹਿਲ ਸਾਹਿਬ ਕਮੇਟੀ ਭਗਤਾ ਅਤੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਮਾਰਚ ਰਵਾਨਾ ਹੋਇਆ, ਜੋ ਕਿ ਭੂਤਾਂ ਵਾਲਾ ਖੂਹ ਤੋਂ ਚੱਲ ਕੇ ਭਗਤਾ ਭਾਈਕਾ ਦੇ ਮੇਨ ਚੌਂਕ ਵਿੱਚ ਪਹੁੰਚਿਆ। ਇੱਥੇ ਕੁਝ ਸਮਾਂ ਰੁਕਣ ਤੋਂ ਬਾਅਦ ਸਥਾਨਕ ਥਾਣੇ ਦੇ SHO ਗੁਰਪਿਆਰ ਸਿੰਘ ਨੂੰ ਭਗਤਾ ਭਾਈਕਾ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਫੜਨ ਲਈ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਮਰੋ ਜਾਂ ਵਿਰੋਧ ਕਰੋ, ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰੋ, ਲੋਕੋ ਜਾਗੋ, ਨਸ਼ੇ ਤਿਆਗੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਓ, ਨਾਅਰੇ ਲਗਾਏ ਗਏ। ਇਸ ਉਪਰੰਤ ਇਹ ਰੋਸ ਮਾਰਚ ਬਰਗਾੜੀ ਵਿਖੇ ਪਿਛਲੇ ਇੱਕ ਮਹੀਨੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਖਾਤਰ ਲੱਗੇ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਭਗਤਾ ਭਾਈਕਾ ਤੋਂ ਸਵਰਨ ਸਿੰਘ ਭਗਤਾ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਰੋਸ ਮਾਰਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਅਤੇ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਭਗਤਾ ਭਾਈਕਾ ਦੇ ਭੂਤਾਂ ਵਾਲੇ ਖੂਹ ਤੋਂ ਰਵਾਨਾ ਹੋ ਕੇ ਬਰਗਾੜੀ ਦੇ ਇਨਸਾਫ ਮੋਰਚੇ ਵਿੱਚ ਸਮਾਪਤੀ ਹੋਈ, ਜੋ ਕਿ ਭਾਈ ਵੱਲੋਂ ਸਮਾਜ ਸੇਵਾ ਸੁਸਾਇਟੀ ਭਗਤਾ ਭਾਈਕਾ ਸਮੂਹ ਸਾਧ ਸੰਗਤ ਅਤੇ ਇਲਾਕਾ ਨਿਵਾਸੀ ਸਤਿਕਾਰ ਕਮੇਟੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਅੱਜ ਮੰਗ ਪੱਤਰ ਵੀ SHO ਸਾਹਿਬ ਨੂੰ ਦਿੱਤਾ ਗਿਆ ਤਾਂ ਕਿ ਨਸ਼ਿਆਂ ਨੂੰ ਠੱਲ ਪੈ ਸਕੇ, ਜੋ ਗਲੀ ਗਲੀ ਵਿੱਚ ਵਿਕ ਰਹੇ ਹਨ, ਅਤੇ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।